ਅਸਲਾਮ ਦੋਸਤੋ, ਮੈਂ ਤੁਹਾਡਾ ਭਰਾ ਮੀਆਂ ਮੁਹੰਮਦ ਅਫਸਰ ਬੱਟੂ ਤੇ ਤੁਸੀਂ ਵੇਖਦੇ ਹੋ ਡੀ ਤੇਲ ਕਿਸਾਨ ਪਾਕਿਸਤਾਨ। ਤੇ ਕਿਸਾਨ ਵੀਰ ਭਰਾਓ, ਕਟਾਈ ਹੋ ਗਈ ਹੈ DG09 ਦੀ ਵੀ ਤੇ ਅਕਬਰ ਦੀ ਵੀ, ਤੇ ਪੱਲੇਦਾਰ ਵੀ ਆ ਗਏ ਨੇ। ਇਹ ਆਪਾਂ ਨੂੰ ਵਜ਼ਨ ਕਰਕੇ ਦਿੰਦੇ ਨੇ ਤੇ ਮੈਂ ਆਪਣੇ ਵੀਰ ਭਰਾ ਨੂੰ ਦੱਸਾਂਗਾ ਵੀ ਅਕਬਰ ਦਾ ਝਾੜ ਜ਼ਿਆਦਾ ਨਿਕਲਿਆ ਜਾਂ DG09 ਦਾ। ਤੇ DG09 ਆਪਾਂ ਲਗਾਈ ਸੀ 16 ਦਸੰਬਰ ਨੂੰ ਤੇ ਅਕਬਰ ਲਾਈ ਸੀ 12 ਦਸੰਬਰ ਨੂੰ। ਤੇ ਆਓ ਡੇਰੀਆਂ ਤੁਹਾਨੂੰ ਚੈੱਕ ਕਰਾਈਏ। ਕਿਸਾਨ ਵੀਰ ਭਰਾਓ, ਇੱਕ ਆ ਡੇਰੀ ਹੈਗੀ ਜੇ DG09 ਦੀ ਤੇ ਇੱਕ ਹੈਗੀ ਜੀ। ਤੇ ਇਸ ਵਾਸਤੇ ਮਤਲਬ ਵੀ ਵਿੱਚੋਂ ਪਹਿਲੇ ਥੋੜ੍ਹੀ ਜਿਹੀ ਪਲਟੀ ਹੈ ਵੀ ਤਾਂ ਕਿ ਇਹਦੇ ਵਿੱਚ ਨਾ ਜਿਸ ਤਰੀਕੇ ਇੱਕ ਖੇਤ ਕੱਟ ਕੇ ਆਉਂਦੀ ਮਸ਼ੀਨ ਅਗਲੇ ਖੇਤ ਵਿੱਚ, ਤਾਂ ਉਹਦੇ ਵਿੱਚ ਥੋੜ੍ਹੀ ਜਿਹੀ ਨਾ ਪਿਛਲੇ ਖੇਤ ਦੇ ਕਣਕ ਰਹਿ ਜਾਂਦੀ ਹੈ। ਅਤੇ ਮੈਂ ਸਮਝਿਆ ਵੀ ਇਹਦੇ 'ਚ ਹੋ ਸਕਦਾ ਮਿਲਾਵਟ ਨਾ ਹੋ ਜਾਵੇ, ਇਸ ਵਾਸਤੇ ਇਹ ਮਣਕੂ ਜਾਂ 1.5 ਮਣ ਜਿੰਨਾ ਵੀ ਹੋ ਸਕਦਾ ਇਹ ਵੱਖਰਾ ਰੱਖਿਆ ਹੈ, ਤਾਂ ਕਿ ਇਸ ਨੂੰ ਅਲੱਗਾ ਮਤਲਬ ਵੀ ਨਾ ਆਪਾਂ ਤੋਲੀਏ ਵੀ ਮਿਕਸਿੰਗ ਜਿਹੜੀ ਹੈ ਉਹ ਨਾ ਹੋਈ ਹੋਵੇ। ਅਤੇ ਇਹ ਡੇਅਰੀ ਹੈਗੀ ਹੈ, ਇਸੇ ਤਰੀਕੇ ਇਹ ਹੈਗੀ ਅਕਬਰ ਦੀ ਅਤੇ ਇਹ ਉਹਦੇ ਨਾਲ ਉਹ ਛੋਟੀ ਡੇਅਰੀ। ਅਤੇ ਹੁਣ ਆਪਾਂ ਵੇਖਦੇ ਹਾਂ ਵੀ ਕੀ ਪੋਜੀਸ਼ਨ ਹੈ, ਝਾੜ ਕਿਹਦਾ ਜ਼ਿਆਦਾ ਹੈ, ਅਤੇ ਫਿਰ ਮੈਂ ਆਪਣੇ ਵੀਰ ਭਰਾਵਾਂ ਨੂੰ ਇਹਦੀ ਫਾਈਨਲ ਜਿਹੜੀ ਨਾ ਰਿਪੋਰਟ ਦੇਵਾਂਗਾ ਅਤੇ ਸਾਡੇ ਨਾਲ ਰਹੋ। ਅਤੇ ਆਓ ਜੀ ਕਿਸਾਨ ਵੀਰ ਭਰਾਓ ਥੱਲੇ। ਅਤੇ ਫਰਹਾਨ ਅਫਸਰ ਬੈਠਾ ਜੀ ਸਾਹਮਣੇ, ਸ਼ੁਗਲ ਦਰਬਾਰ ਦਾ ਬਾਦਸ਼ਾਹ। ਅਤੇ ਨਵੀਆਂ ਨਵੀਆਂ ਕਹਾਣੀਆਂ ਅਤੇ ਨਵੀਆਂ ਨਵੀਆਂ ਐਪੀਸੋਡ ਜਿਹੜੀਆਂ ਤਿਆਰ ਕਰਦਾ ਪਿਆ ਮਹਿੰਗਾਈ ਦੇ ਹਿਸਾਬ ਕਿਤਾਬ ਨਾਲ। ਅਤੇ ਸ਼ੁਗਲ ਦਰਬਾਰ ਲਾਜ਼ਮੀ ਵੇਖਿਆ ਕਰੋ। ਅਤੇ ਫਰਹਾਨ ਅਫਜ਼ਲ ਦੇ ਜਿਹੜੇ ਹੈਗੇ ਨੇ ਵਜ਼ੀਰ ਚਲਾਕ ਹੈਗੇ ਨੇ, ਅਤੇ ਹਰ ਦਫ਼ਾ ਜ਼ਿਆਦਾ ਜ਼ਿਆਦਾ ਆਵਾਮ 'ਤੇ ਟੈਕਸ ਜਿਹੜਾ ਨਾ ਲਗਾਉਂਦੇ ਨੇ। ਅਤੇ ਹੁਣ ਅਗਲੀ ਕਿਸ ਆਵਾਮ 'ਤੇ ਟੈਕਸ ਦੇਣਾ ਹੀ ਦੇਣਾ ਹੈ, ਆਵਾਮ ਨੂੰ ਹਾਲੇ ਤੱਕ ਸਮਝ ਆਉਣੀ ਨਹੀਂ ਹੈਗੀ। ਮਜ਼ੀਦ ਤੁਹਾਡੇ ਸ਼ੁਗਲ ਦਰਬਾਰ ਦੀ ਜਿਹੜੀ ਕਹਾਣੀਆਂ ਨੇ ਨਵੀਆਂ ਨਵੀਆਂ ਉਹਦੀ ਲੋੜ ਹੈਗੀ ਹੈ। ਅਤੇ ਉਤਾਰਦੇ ਪੈਣ ਜੀ ਕੰਡਾ ਵੱਟਾ, ਅਤੇ ਫਿਰ ਆਪਣੇ ਵੀਰ ਭਰਾਵਾਂ ਨੂੰ ਵਿਖਾਉਂਦੇ ਹਾਂ। ਅਤੇ ਇਹ ਥੋੜ੍ਹੇ ਆ ਗਏ ਨੇ ਦੋਸਤੋ, ਅਤੇ ਇਹ ਹੈਗੇ ਨੇ ਵੀਰ ਭਰਾ ਪੱਲੇਦਾਰ। ਇਹ ਜਨਾਬ ਆਪਾਂ ਭਰ ਕੇ ਦੇਵਣਗੇ। ਅਤੇ ਇਹ ਕੰਡਾ ਵੀ ਬਣਾਉਂਦਾ 51 ਕਿਲੋ, ਤਾਂ ਆਪਾਂ ਬੰਨਦੇ ਪਏ ਹਾਂ। ਇਹ ਪੈਮਾਨਾ ਪਮਾਨਾ ਚੈੱਕ ਕਰ ਲਓ। ਅਤੇ ਬਾਕੀ ਮੈਂ ਆਪਣੇ ਦੋਸਤਾਂ ਨੂੰ ਵਿਖਾਉਂਦਾ ਚੱਲਾਂ ਵੀ ਬੀਜ ਜਿਹੜਾ ਨਾ ਮਾਸ਼ਾਅੱਲਾ ਬਹੁਤ ਹੀ ਸੋਹਣਾ ਹੈਗਾ ਜੀ, ਬਿਲਕੁਲ ਉਸੇ ਤਰੀਕੇ ਜਿਸ ਤਰੀਕੇ ਆਪਾਂ ਪਾਇਆ ਸੀ। ਅਤੇ ਦੋਸਤੋ ਬਿਸਮਿਲਲਾ ਹੋ ਚੁੱਕੀ ਹੈ ਜਨਾਬ। ਵੇਖਦੇ ਹਾਂ ਵੀ DG09 16 ਦਸੰਬਰ ਦੀ ਕਾਸ਼ਤ ਕੀ ਆਪਣੇ ਨਾਲ ਕਰਦੀ ਹੈ। ਅਤੇ ਬਾ ਮੁਕਾਬਲਾ ਅਕਬਰ 12 ਦਸੰਬਰ ਅਤੇ 16 ਦਸੰਬਰ ਬਾ ਮੁਕਾਬਲਾ 12 ਦਸੰਬਰ DG09 ਅਤੇ ਅਕਬਰ ਸੀ। ਅਤੇ ਦੋਸਤੋ DG09 ਜਿਹੜਾ ਹੈ ਉਸੇ ਤਰੀਕੇ ਬੋਰੀਆਂ ਨੂੰ ਕਵਰ ਕਰਕੇ ਭਰ ਕੇ ਸੀ ਕੇ ਅਤੇ ਟਰਾਲੀ ਦੇ ਵਿੱਚ ਲੋਡ ਕਰਦੇ ਪਏ ਹਾਂ। ਅੱਛਾ ਕਰੋ, ਅਤੇ ਫਿਰ ਜਿਸੇ ਮੁਕੰਮਲ ਹੋ ਜਾਂਦੀ ਹੈ DG09 ਤਾਂ ਫਿਰ ਤੁਹਾਨੂੰ ਮੈਂ ਵਿਖਾਵਾਂਗਾ ਬਈ ਆ DG09 ਦੀਆਂ ਇੰਨੇ ਤੋੜੇ ਹੋਏ ਨੇ। ਅਤੇ ਇੱਕ ਮਿੰਟ ਹੋ ਗਿਆ ਜੀ, ਉੱਥੋਂ ਉੱਥੋਂ ਚੁੱਕ ਲੈਣਾ। ਹਾਂ ਥੋੜ੍ਹਾ ਜਿਹਾ ਬਾਬੂ ਉੱਥੋਂ ਚੁੱਕਿਆ ਵੀ, ਅਤੇ ਇਸ ਤੋੜੇ ਨੇ ਲੈਦਾ ਨਾ ਨਿਸ਼ਾਨੀ ਲਗਾ ਦੇਵੇ। ਅਤੇ ਕਿੰਨੇ ਅੰਦਰ ਹੋ ਗਏ ਬਾਈ ਜਾਨ? ਬਾਈ ਤੇ ਉਤਰੇ ਵੀ ਠੀਕ ਹੋ ਗਏ। ਹਾਂ ਬਸ ਇਹ ਜਿਹੜੇ ਦੋ ਤੋੜੇ ਬਰਨੇ ਨੇ ਇਹਨਾਂ ਨਿਸ਼ਾਨੀ ਲਗਾਉਣੀ ਹੈ।
ਹਾਲ ਹੈ? 2, 4, 6, 7, 8, 9 ਪਿੱਛੇ ਨੇ ਤੇ ਅੱਗੇ ਕਿੰਨੇ? 15 15 ਤੇ 9 15 ਤੇ 9 ਕਿੰਨੇ ਹੋ ਗਏ? 24 ਅੱਛਾ ਜੀ 24 ਤੁਹਾਡੇ DG09 ਦੇ ਤੇ ਇਹ DG09 ਦਾ ਆਹ ਕੋਈ ਅੱਧਾ ਕੋਈ ਥੋੜ੍ਹਾ ਹੋ ਜਿਹਾ ਸੀ ਇਹ ਥੋੜ੍ਹਾ ਜਿਹਾ ਰਹਿ ਗਿਆ ਸੀ ਜਿਹੜਾ ਮੈਂ ਆਖਿਆ ਸੀ ਹਾਂਜੀ 25-30 ਕਿਲੋ ਹੀ ਹੋ ਗਿਆ ਸੀ ਠੀਕ ਹੋ ਗਿਆ ਤੇ ਅੰਦਾਜ਼ਾ ਲਾ ਲਓ ਜੀ 24 ਤੋੜੇ ਤੇ 24 ਤੋੜੇ ਕਿੰਨੇ ਮਾਣ ਹੋ ਗਏ ਦੱਸਿਆ ਸਭੇ ਮਾਣ ਦਾ ਥੋੜ੍ਹਾ ਹੈ ਤੀਹ ਮਾਣ ਹੋ ਗਿਆ ਜੀ 30 ਮਾਣ ਤੇ ਤਕਰੀਬਨ ਇਹ ਦੱਸਦੇ ਪਏ ਨੇ ਹਾਂਜੀ 35 ਕਿਲੋ ਠੀਕ ਹੋ ਗਿਆ ਮਤਲਬ 31 ਕੁ ਮਾਣ ਹੋ ਗਏ ਅੰਦਾਜ਼ੇ ਚ ਹੈ ਠੀਕ ਹੋ ਗਿਆ ਤੇ ਹੁਣ ਆਪਾਂ ਆਹ ਡੇਰੀ ਨੂੰ ਚੈੱਕ ਕਰਨੇ ਤੇ ਉਹਦਾ ਵਜ਼ਨ ਚੈੱਕ ਕਰਨਾ ਵੀ ਉਸ ਕਿਲੇ ਚ ਕਿੰਨਾ ਵਜ਼ਨ ਨਿਕਲਦਾ ਅਕਬਰ ਦਾ ਤੇ ਦੋਸਤੋ ਵਾਰੀ ਆ ਗਈ ਜੀ ਅਕਬਰ ਦੀ ਸੀਟ ਦੀ ਤੇ ਜਿੰਨੇ ਤੋੜੇ ਇਹਦੇ ਹੁੰਦੇ ਨੇ ਉਹ ਵੀ ਦੰਦਸ ਨੇ ਤੇ ਫਿਰ ਹਾਰ ਜਿੱਤ ਵੀ ਦੰਦਸ ਨੇ DG09 ਜਿਹੜਾ ਉਹ 31 ਮਣ ਨਿਕਲਿਆ ਕਿਲੇ ਚੋਂ ਤੇ ਇਹ ਜਿਹੜਾ ਅਕਬਰ ਹੈ ਇਹਦਾ ਵਜ਼ਨ ਦੰਨ ਕਰਕੇ ਦੱਸਣੇ ਆ ਤੇ ਕਿਸਾਨ ਵੀਰ ਭਰਾਓ ਅਕਬਰ ਤੇ ਬਾਈਜਾਨ ਆਦੀ ਜ਼ਬਾਨੀ ਦੱਸੋ ਕਿੰਨੇ ਤੋੜੇ ਹੋ ਗਏ? 20 ਅਕਬਰ ਦੇ ਹੋ ਗਏ ਆ ਜਿਹੜੇ ਥੱਲੇ ਪਏ ਨੇ ਕਿੰਨੇ ਕੋ ਜਸਨ ਦੇ? 3 ਮਾਣੇ ਹੋ ਗਏ ਉਹ 20 ਤੋੜੇ ਕਿੰਨੇ ਮਾਣ ਮਾਣ ਗਏ? 25 ਤੇ 3 28 ਮਾਣ ਤੇ DG09 31 ਮਾਣ ਮਤਲਬ ਉਹ 4 ਮਾਣ ਵੱਧ ਗਈ ਠੀਕ ਹੋ ਗਿਆ ਤੇ ਕਿਸਾਨ ਵੀਰ ਭਰਾਓ ਅਕਬਰ ਜਿਹੜੀ ਹੈ ਇਹ ਆਪਣੀ ਕਾਸ਼ਤ ਹੈਗੀ ਸੀ 12 ਦਸੰਬਰ ਦੀ ਇਹ ਨਿਕਲੇ ਪਏ ਨੇ ਜਨਾਬ 27 ਮਾਣ ਟੋਟਲ ਆ ਜਿਹੜੇ ਵਿੱਚ ਪਏ ਨੇ ਤੇ 25 ਤੇ 3 28 ਨਾ ਹੋ ਗਏ 28 ਹੋ ਗਏ 28 ਮਾਣ ਨਿਕਲੇ ਪਏ ਨੇ ਦੋਸਤੋ ਤੇ ਜਿਹੜੀ ਹੈਗੀ ਹੈ DG09 ਉਹ 31 ਤੇ ਮਾਸ਼ਾਅੱਲਾ ਜੀ ਜਿਹੜੀ DG09 ਹੈ ਉਹ ਨੰਬਰ ਲੈ ਗਈ ਹੈ ਤੇ ਹੁਣ ਮੈਨੂੰ ਤੋਂ ਇਜਾਜ਼ਤ ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ।